ਮਾਂ ਕਿਹਾ ਜਾਂਦਾ ਹੈ ਕਿ ਮਾਂ ਰੱਬ ਦਾ ਦੂਜਾ ਰੂਪ ਹੁੰਦੀ ਹੈ। ਕਈ ਵਾਰ ਸਾਨੂੰ ਮਾਂ ਦਾ ਪਿਆਰ ਉਦੋਂ ਸਮਝ ਆਉਂਦਾ ਹੈ ਜਦੋਂ ਮਾਂ ਸਾਨੂੰ ਛੱਡ ਕੇ ਬਹੁਤ ਦੂਰ ਚਲੀ ਜਾਂਦੀ ਹੈ। ਉੱਦਾਂ ਹੀ ਇੱਕ ਬੱਚਾ ਅੱਜ ਵੱਡਾ ਹੋ ਚੁੱਕਾ ਹੈ, ਇੱਕ ਵੱਡਾ ਅਫਸਰ ਵੀ ਲੱਗ ਚੁੱਕਾ ਹੈ, ਪਰ ਉਹਦੀ ਮਾਂ ਉਹਦੇ ਕੋਲ ਨਹੀਂ ਹੈ। ਉਹ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਕੀ ਕਹਿੰਦਾ ਹੈ, ਨਿੱਕਾ ਬੂਟਾ ਲਾ ਕੇ ਗੱਡ ਗਈ ਹੈ, ਮਾਂ ਇੰਨੀ ਛੇਤੀ ਕਾਹਤੋਂ ਛੱਡ ਗਈ ਹੈ। ਉਂਝ ਤਾਂ ਬਾਲਾ ਖੁਸ਼ ਰਹਿੰਦਾ ਹਾਂ, ਪਰ ਤੈਨੂੰ ਚੇਤੇ ਕਰਕੇ ਅੱਜ ਮਨ ਭਰ ਆਇਆ। ਮਾਂ ਤੇਰੇ ਕਰਕੇ ਅਫਸਰ ਬਣਿਆ, ਪਰ ਸਿਰ 'ਤੇ ਨਹੀਂ ਅੱਜ ਤੇਰਾ ਸਾਇਆ। ਮਾਂ ਤੇਰੇ ਕਰਕੇ ਅਫਸਰ ਬਣਿਆ, ਪਰ ਸਿਰ 'ਤੇ ਨਹੀਂ ਅੱਜ ਤੇਰਾ ਸਾਇਆ। ਯਾਰਾ ਮੇਰਿਆ, ਯਾਰਾ ਮੇਰਿਆ, ਲੈ ਜਾ ਤੂੰ ਸੰਦੇਸ਼ਾ ਕਾਲਿਆ ਕਾਵਾਂ। ਕਹਿੰਦੇ ਉੱਥੇ ਹਰ ਦੁਆ ਕਬੂਲ ਹੁੰਦੀ ਜਿੱਥੇ ਮਾਵਾਂ ਕਰਨ ਦੁਆਵਾਂ। ਐਵੇਂ ਤਾਂ ਨਹੀਂ ਸਾਰਾ ਜੱਗ ਕਹਿੰਦਾ, ਮਾਵਾਂ ਠੰਡੀਆਂ ਛਾਵਾਂ, ਮਾਵਾਂ ਠੰਡੀਆਂ ਛਾਵਾਂ। ਮਾਂ ਤੇਰਾ ਪਿਆਰ ਸੀ ਸੱਚਾ, ਉਦੋਂ ਕਰ ਸਾਡਾ ਸੀ ਕੱਚਾ। ਤੇਰੇ ਪੁੱਤ ਨੇ ਪੱਕਾ ਪਾ ਲਿਆ ਏ, ਦੁਨੀਆ ਨੂੰ ਪਿੱਛੇ ਲਾ ਲਿਆ ਏ, ਪਰ ਕਾਮਯਾਬੀ ਲੱਗਦੀ ਫੀਕੀ, ਮਾਂ ਕਿਹੜੇ ਰਾਵਾਂ ਪਾਇਆ। ਮਾਂ ਤੇਰੇ ਕਰਕੇ ਅਫਸਰ ਬਣਿਆ, ਪਰ ਸਿਰ 'ਤੇ ਨਹੀਂ ਅੱਜ ਤੇਰਾ ਸਾਇਆ। ਮਾਂ ਤੇਰੇ ਕਰਕੇ ਅਫਸਰ ਬਣਿਆ, ਪਰ ਸਿਰ 'ਤੇ ਨਹੀਂ ਅੱਜ ਤੇਰਾ ਸਾਇਆ। ਮੇਰੇ ਵੱਡੇ ਸੀਗੇ ਚਾ, ਮਾਂ ਤੇਰੀ ਲੱਗੀ ਹੈ ਦੁਆ। ਤੇਰੀਆਂ ਯਾਦਾਂ ਅੱਜ ਵੀ ਮਾਏ, ਮੈਨੂੰ ਅੰਦਰੋਂ ਅੰਦਰੀ ਠੱਗਦੀਆਂ ਨੇ। ਤੁਰ ਜਾਣ ਜੇ ਇੱਕ ਵਾਰ ਮਾਵਾਂ, ਮੁੜ ਕੇ ਕਿੱਥੋਂ ਲੱਭਦੀਆਂ ਨੇ, ਮੁੜ ਕੇ ਕਿੱਥੋਂ ਲੱਭਦੀਆਂ ਨੇ। ਕਦੇ ਬਹਿ ਕੇ ਰੋ ਪੈਂਦਾ ਹਾਂ, ਤੇਰੀਆਂ ਯਾਦਾਂ ਦੇ ਵਿੱਚ ਖੋ ਪੈਂਦਾ ਹਾਂ। ਭੁੱਲਦਾ ਨਹੀਂ ਮਾਏ ਤੇਰੇ ਹੱਥੋਂ ਜੋ ਜੋ ਖਾਇਆ। ਤੇਰੇ ਕਰਕੇ ਅਫਸਰ ਬਣਿਆ, ਪਰ ਸਿਰ 'ਤੇ ਨਹੀਂ ਅੱਜ ਤੇਰਾ ਸਾਇਆ। ਮਾਂ ਤੇਰੇ ਕਰਕੇ ਅਫਸਰ ਬਣਿਆ, ਪਰ ਸਿਰ 'ਤੇ ਨਹੀਂ ਅੱਜ ਤੇਰਾ ਸਾਇਆ। ਜਿਉਂਦੇ ਜੀ ਮਾਪਿਆਂ ਦੀ ਕਦਰ ਕਰਿਆ ਕਰੋ।